ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ ਅੱਜ ਦਾਸ ਇੱਕ ਸੱਜਣ ਜੋ ਬਿਲਡਰ ਦਾ ਕੰਮ ਕਰਦੇ ਆ ਉਹ ਸੱਜਣ ਦੇ ਨਾਲ ਕਿਵੇਂ ਇੱਕ ਅਦ੍ਰਿਸ਼ ਸ਼ਕਤੀ ਜਦ ਜੁੜੀ ਆ ਤੇ ਉਸ ਸੱਜਣ ਦੇ ਜੀਵਨ ਦੇ ਵਿੱਚ ਕਿਵੇਂ ਅਦ ਅਦਭੁਤ ਘਟਨਾਵਾਂ ਹੋਣ ਲੱਗੀਆਂ ਅੱਜ ਦਾਸ ਇਹਨਾਂ ਘਟਨਾਵਾਂ ਦਾ ਜ਼ਿਕਰ ਆਪ ਸਾਰੀਆਂ ਸੰਗਤਾਂ ਦੇ ਨਾਲ ਸਾਂਝਾ ਕਰਦਾ ਹੈਗਾ ਦੇਖੋ ਇਹ ਸਜਨ ਦੱਸਦੇ ਸੀਗੇ ਕਿ ਇੱਕ ਵਾਰ ਉਹ ਆਪਣੇ ਕੰਮ ਦੇ سلسلے ਦੇ ਵਿੱਚ ਆਪਣੇ ਮਿੱਤਰ ਦੇ ਦਫ਼ਤਰ 'ਚ ਗਏ। ਕਿੰਨੇ ਜਦਾ ਸੀ ਗਏ ਹੁਣ ਉੱਥੇ ਇੱਕ ਸਾਧੂ ਬੈਠੇ ਸੀਗੇ ਜਿਹੜੇ ਕਹਿੰਦੇ ਹੱਥ ਦੇਖਦੇ ਸੀਗੇ। ਤੇ ਕਹਿੰਦੇ ਵੀ ਉਹ ਮੇਰਾ ਮਿੱਤਰ ਮੈਨੂੰ ਕਹਿਣ ਲੱਗਾ ਕਿ ਇਹ ਸਾਧੂ ਆਏ ਹੱਥ ਦੇਖਦਾ ਤੂੰ ਵੀ ਆਪਣਾ ਹੱਥ ਦਿਖਾ ਦੇ। ਕਹਿੰਦੇ ਮੇਰੇ ਮਨ ਵਿੱਚ ਵੀ ਆਇਆ ਤੇ ਮੈਂ ਵੀ ਆਪਣਾ ਹੱਥ ਉਹਦੇ ਅੱਗੇ ਕਰ ਦਿੱਤਾ। ਕਹਿੰਦੇ ਉਹਨੇ ਮੇਰਾ ਹੱਥ ਦੇਖਿਆ ਦੇਖ ਕੇ ਇੱਕ ਕਾਗਜ਼ ਦੇ ਵਿੱਚ ਮੈਨੂੰ ਮੰਤਰ ਲਿਖ ਕੇ ਦਿੱਤਾ। ਕਹਿਣ ਲੱਗਾ ਕਿ ਇਹ ਮੰਤਰ ਤੂੰ ਰੋਜ਼ ਜਿਹੜਾ ਹੈ ਨਾ ਉਹ ਜਪਿਆ ਕਰ। ਸਵੇਰ ਸ਼ਾਮ ਤੇ ਸਵੇਰੇ ਸੂਰਜ ਦੇਵਤੇ ਨੂੰ ਪਾਣੀ ਦਿਆ ਕਰ ਤੇ ਤੇਰਾ ਕੰਮ ਕਰ ਬਹੁਤ ਵੱਜੂਗਾ ਕਹਿੰਦੇ ਇੰਨੀ ਗੱਲ ਹੋਈ ਕਹਿੰਦੇ ਮੈਂ ਕਿਹਾ ਚੱਲ ਠੀਕ ਆ ਕਹਿੰਦੇ ਪਹਿਲਾਂ ਮੈਂ ਧਾਰਮਿਕ ਆਦਮੀ ਨਹੀਂ ਸੀ ਪਰ ਪਤਾ ਨਹੀਂ ਕਹਿੰਦੇ ਕਿਉਂ ਮੈਂ ਉਸ ਸਾਧੂ ਦੀ ਗੱਲ ਮੰਨ ਲਈ ਕਹਿੰਦੇ ਜਿਹੜਾ ਮੰਤਰ ਉਹਨੇ ਮੈਨੂੰ ਲਿਖ ਕੇ ਦਿੱਤਾ ਸੀਗਾ ਕਹਿੰਦੇ ਮੈਂ ਜਪਣਾ ਸ਼ੁਰੂ ਕਰਤਾ ਤੇ ਜਦ ਕਹਿੰਦੇ ਜਪਣਾ ਸ਼ੁਰੂ ਕੀਤਾ ਜਾਂ ਸਵੇਰੇ ਚੜਨਾ ਤੇ ਕਹਿੰਦੇ ਮੈਂ ਪਾਣੀ ਦੇਣਾ ਇਸ ਤਰ੍ਹਾਂ ਕਹਿੰਦੇ ਮੈਂ ਮੰਤਰ ਜਪਦੇ ਜਪਦੇ ਤਕਰੀਬਨ ਜਦ 2 ਕੁ ਮਹੀਨੇ ਹੋ ਗਏ ਇੱਕ ਦਿਨ ਕੰਢੇ ਮੈਂ ਸਿਰੜੀ ਜਾ ਰਿਹਾ ਸੀ ਸਾਈ ਜੀ ਦੇ ਪਾਸ ਦਰਸ਼ਨਾਂ ਵਾਸਤੇ ਕਹਿੰਦੇ ਜੇ ਸਿਰੜੀ ਜਾ ਰਿਹਾ ਸੀਗਾ ਤੇ ਕਹਿੰਦੇ ਜਾਨੂ ਜਿਹੜਾ ਸੀਗਾ ਉਹ ਸੂਰਜ ਉਹਦੇ ਹੋਣ ਵਾਲਾ ਸੀਗਾ ਮੇਰੇ ਮਨ ਤੇ ਆ ਵੀ ਭਾਈ ਮੰਤਰ ਦਾ ਜਾਪ ਕਰਕੇ ਸੂਰਜ ਨੂੰ ਜਲ ਦੇਣਾ ਜ਼ਰੂਰੀ ਆ ਕਹਿੰਦੇ ਵੀ ਮੈਂ ਇਹ ਵਿਚਾਰ ਕੇ ਬਸ ਚ ਉਤਰਿਆ ਤੇ ਇੱਕ ਦੁਕਾਨ ਦੇ ਕੋਲ ਚਲ ਗਿਆ ਉਹਨੂੰ ਕਿਹਾ ਕਿ ਇਦਾਂ ਕਰ ਮੈਨੂੰ ਥੋੜਾ ਜਿਹਾ ਜਲ ਦੇ ਗਲਾਸ ਦੇ ਤੇ ਮੈਂ ਸੂਰਜ ਦੇਵਤੇ ਨੂੰ ਅਰਕ ਦੇਣਾ ਹੈਗਾ ਕਹਿੰਦੇ ਵੀ ਉਹ ਦੁਕਾਨਦਾਰ ਨੇ ਕੀ ਕੀਤਾ ਮੈਨੂੰ ਗਲਾਸ ਵਿੱਚ ਥੋੜਾ ਜਲ ਦੇ ਦਿੱਤਾ ਇਹ ਸੱਜਣ ਕਹਿਣ ਲੱਗੇ ਕਿ ਮੈਂ ਜਿਹੜਾ ਮੰਤਰ ਦਿੱਤਾ ਸੀਗਾ ਉਹ ਪੜਿਆ। ਪੜਨ ਤੋਂ ਬਾਅਦ ਜਿਉਂ ਹੀ ਕਹਿੰਦੇ ਮੈਂ ਸੂਰਜ ਦੇਵਤੇ ਨੂੰ ਕਹਿੰਦੇ ਵੀ ਜਲ ਜਿਹੜਾ ਸੀਗਾ ਦੇਣ ਲੱਗਾ। ਅਚੰਚੇਤ ਕਹਿੰਦੇ ਮੈਂ ਕੀ ਦੇਖਿਆ ਕਿਸੇ ਅਦ੍ਰਿਸ਼ ਸ਼ਕਤੀ ਨੇ ਕਹਿੰਦੇ ਮੈਨੂੰ ਪੈਰਾਂ ਤੋਂ ਫੜ ਲਿਆ। ਜਦ ਫਿਰ ਪੈਰਾਂ ਤੋਂ ਕਹਿੰਦੇ ਉਹ ਫੜਿਆ ਹਨਾ ਤੇ ਕਹਿੰਦੇ ਉਸ ਦੀ ਛੋਹ ਨੇ ਕਹਿੰਦੇ ਵੀ ਮੇਰੇ ਅੰਦਰ ਇੱਕ ਅਗਨੀ ਵਰਗੀ ਬੜੀ ਤੇਜ਼ ਤਪਸ਼ਿਕ ਅੰਦਰ ਪੈਦਾ ਕਰ ਦਿੱਤੀ। ਕਹਿੰਦੇ ਇਹ ਤਵਸ਼ੇਨੀ ਤੇਜ ਸੀ ਕਿ ਕਹਿੰਦੇ ਮੈਂ ਸੁਹਾਰ ਨਹੀਂ ਸਕਿਆ ਤੇ ਮੈਂ ਉੱਚੀ ਰੋਲਾ ਪਾਉਣ ਸ਼ੁਰੂ ਕਰ ਦਿੱਤਾ ਛੱਡ ਛੱਡ ਤੂੰ ਕੌਣ ਆ ਕੌਣ ਆ ਛੱਡ ਦੇ ਮੈਨੂੰ ਛੱਡ ਦੇ ਮੈਨੂੰ ਛੱਡ ਦੇ ਮੈਨੂੰ ਕਹਿੰਦੇ ਵੀ ਜਦ ਇੰਨੀ ਗੱਲ ਹੋਈ ਤਾਂ ਆਵਾਜ਼ ਆਈ ਕਿ ਤੂੰ ਇਹ ਮੰਤਰ ਜਪ-ਜਪ ਕੇ ਮੈਨੂੰ ਜਗਾ ਦਿੱਤਾ ਹੈਗਾ ਦੱਸ ਤੈਨੂੰ ਕੀ ਚਾਹੀਦਾ ਹੈਗਾ ਤੈਨੂੰ ਪੈਸਾ ਚਾਹੀਦਾ ਹੈਗਾ ਤੈਨੂੰ ਬਿਜ਼ਨਸ 'ਚ ਵਾਧਾ ਚਾਹੀਦਾ ਹੈਗਾ ਜਾਂ ਤੈਨੂੰ ਕੁਝ ਹੋਰ ਚਾਹੀਦਾ ਹੈਗਾ ਉਸ ਦਿਨ ਦੱਸਦੇ ਸੀ ਕਿ ਕਿ ਤਵਸ਼ੇਨੀ ਤੇਜ ਸੀਗੀ ਕਿ ਉਹ ਮੇਰੇ ਬਰਦਾਸ਼ਤ ਤੋਂ ਬਾਹਰ ਸੀ ਤੇ ਕਹਿੰਨੇ ਮੈਂ ਉਸੇ ਟਾਈਮ ਕਹਿ ਤਾ ਕਿ ਮੈਨੂੰ ਕੁਝ ਨਹੀਂ ਚਾਹੀਦਾ ਨਾ ਮੈਨੂੰ ਪੈਸਾ ਚਾਹੀਦਾ ਹੈਗਾ ਨਾ ਮੈਨੂੰ ਬਿਜ਼ਨਸ 'ਚ ਵਾਧਾ ਚਾਹੀਦਾ ਹੈਗਾ ਬਸ ਮੈਂ ਤਾਂ ਇਹ ਚਾਹੁੰਦਾ ਕਿ ਸਭ ਦਾ ਭਲਾ ਹੋਵੇ ਕਹਿੰਦੇ ਇੰਨੀ ਕਹਿੰਨ ਦੀ ਡੇਰ ਸੀ ਤੇ ਕਹਿੰਦੇ ਉਹ ਅਧਰਿਸ਼ ਸ਼ਕਤੀ ਕਹਿੰਦੇ ਉਹਨੇ ਮੈਨੂੰ ਆਖਿਆ ਕਿ ਠੀਕ ਆ ਸਭ ਦਾ ਭਲਾ ਹੀ ਹੋਊਗਾ ਜੋ ਤੂੰ ਮੰਗਦਾ ਤੈਨੂੰ ਮਿਲ ਜਾਊਗਾ ਕਹਿੰਦੇ ਉਸ ਤੋਂ ਬਾਅਦ ਕਹਿੰਦੇ ਫੇ ਮੇਰਾ ਇਹ ਜਿਹੜਾ ਦਰਦ ਸੀਗਾ ਕਹਿੰਦੇ ਫੇ ਦਰਦ ਤਾਂ ਹੋ ਰਿਹਾ ਸੀ ਫੇਰ ਕਹਿੰਦਾ ਉਹ ਸ਼ਕਤੀ ਨੇ ਮੈਨੂੰ ਛੱਡਿਆ ਸੀਗਾ ਹੁਣ ਇਹ ਅਦ੍ਰਿਸ਼ ਸ਼ਕਤੀ ਕਿਹੜੀ ਕਹਿੰਦੇ ਮੈਂ ਇਹਦੇ ਬਾਰੇ ਕੋਈ ਨਹੀਂ ਸੀ ਜਾਣਦਾ ਕਿਉਂਕਿ ਜਿਹੜੀ ਆਵਾਜ਼ ਦੇ ਵਿੱਚ ਗੱਲ ਕਰਦੀ ਸੀ ਇਸ ਤਰ੍ਹਾਂ ਲੱਗਦਾ ਸੀਗਾ ਜਿਵੇਂ ਕਿਸੇ ਕੁਸੇ ਬਜ਼ੁਰਗ ਦੀ ਆਵਾਜ਼ ਹੋਵੇ ਤੇ ਪਰ ਕਹਿੰਦੇ ਦਿਖਾਈ ਕੁਝ ਨਹੀਂ ਸੀ ਦੇ ਰਿਹਾ ਕਹਿੰਦੇ ਮੈਂ ਉਹ ਜਿਹੜਾ ਦੁਕਾਨ ਵਾਲਾ ਸੀਗਾ ਜਿੰਨੇ ਮੈਨੂੰ ਪਾਣੀ ਦਿੱਤਾ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਵੀ ਆਹ ਜਿਹੜੀ ਅਦ੍ਰਿਸ਼ ਸ਼ਕਤੀ ਜਿੰਨੇ ਮੈਨੂੰ ਫੜਿਆ ਕਿਸੇ ਬੰਦੇ ਨੇ ਤੈਨੂੰ ਦੇਖਿਆ ਕਿ ਨਾ ਮੈਂ ਤਾਂ ਨਹੀਂ ਦੇਖਿਆ ਫਿਰ ਕਹਿੰਦੇ ਵੀ ਮੈਂ ਜਿੱਥੋਂ ਨੇ ਫੜਿਆ ਸੀਗਾ ਜਿੱਥੋਂ ਦਰਦ ਹੋ ਰਿਹਾ ਸੀਗਾ ਜਦੋਂ ਕਹਿੰਦੇ ਮੈਂ ਆਪਣੇ ਜਿਹੜਾ ਪਜਾਮਾ ਸੀ ਪੈਂਟ ਸੀ ਜਦ ਉੱਤੇ ਚੱਕ ਕੇ ਉਹ ਦੇਖਿਆ ਤਾਂ ਉੱਥੇ ਹਨਾ ਦੋ ਨਿਸ਼ਾਨ ਬਣੇ ਹੋਏ ਸੀ ਇਹ ਨਿਸ਼ਾਨ ਇਸ ਤਰ੍ਹਾਂ ਸੀ ਕਿ ਜਿਵੇਂ ਕਿਸੇ ਨੇ ਚੁੰਡੀ ਲਾਈ ਹੋਵੇ ਤੇ ਕਹਿੰਦੇ ਵੀ ਉੱਥੇ ਦਰਦ ਆ ਰਿਹਾ ਸੀਗਾ ਕਹਿੰਦੇ ਇੰਨੀ ਗੱਲ ਹੋਈ ਕਹਿੰਦੇ ਉਹ ਸ਼ਕਤੀ ਜਿਹੜੀ ਸੀ ਨਾ ਫੇਰ ਜਿਹੜੀ ਮੇਰੇ ਨਾਲ ਕੰਡੈਕਟ ਹੋ ਚੁੱਕੀ ਸੀਗੀ ਕਹਿੰਦੇ ਬੋਲਿਸ ਉਹ ਬੋਲਣ ਲਈ ਕਹਿੰਦੀ ਜਾਓ ਸਾਹਮਣੇ ਮੰਦਰਾ ਉਹਦੇ ਵਿੱਚ ਜਿਹੜਾ ਜੀਵਾ ਹੈਗਾ ਜਲ ਰਿਹਾ ਹੈਗਾ ਜੋਤ ਚੱਲ ਰਹੀ ਆ ਤੂੰ ਇਦਾਂ ਕਰ ਉਹਦੇ ਵਿੱਚੋਂ ਜਿਹੜਾ ਜੋਤ ਦਾ ਤੇਲ ਹੈ ਨਾ ਕੱਢ ਕੇ ਤੂੰ ਇੱਥੇ ਲਾ ਲਾ ਕਹਿੰਦੇ ਮੈਂ ਗਿਆ ਜਾ ਕੇ ਜਿਹੜਾ ਹੈ ਨਾ ਜੋਤ ਦਾ ਤੇਲ ਸੀਗਾ ਕਹਿੰਦੇ ਫੇ ਮੈਂ ਉਹ ਜਨਨ ਵਾਲੀ ਜਗ੍ਹਾ ਤੇ ਲਾਤਾ ਜਿੱਥੇ ਨਿਸ਼ਾਨ ਬਣੇ ਹੋਏ ਸੀ ਉਸ ਤੋਂ ਬਾਅਦ ਕਹਿੰਦੀ ਸ਼ਕਤੀ ਬੋਲੀ ਜਾ ਇਸ ਮੰਦਿਰ ਵਿੱਚ ਭੂਤੀ ਪਈ ਆ ਉਹ ਵੀ ਥੋੜੀ ਮਾਲ ਲਾ ਕਹਿੰਦੇ ਮੈਂ ਉੱਤੇ ਭੂਤੀ ਵੀ ਮਾਲੀ ਜਿੱਤੇ ਕਰ ਕਹਿੰਦੇ ਕੁਝ ਮੈਨੂੰ ਰਾਹਤ ਆ ਗਈ ਯਾਦ ਰਹਾਤਾਈ ਫੇਰ ਕਹਿੰਦੇ ਮੈਂ ਸਿਰੜੀ ਹਨਾ ਮੱਥਾ ਟੇਕੇ ਵਾਪਸ ਆ ਤੇ ਆਪਣੇ ਘਰ ਆਇਆ ਲੇਕਿਨ ਇਹ ਜਿਹੜੀ ਦਰਦ ਸੀਗੀ ਇਹ ਕਹਿੰਦੇ ਘਟ ਤਾਂ ਹੋ ਰਹੀ ਸੀ ਪਰ ਜਾ ਨਹੀਂ ਸੀ ਰਹੀ ਕਹਿੰਦੇ ਵੀ ਮੈਂ ਫੇਰ ਜਿਹੜਾ ਸੀਗਾ ਇਹ ਤੇਲ ਜਿਹੜਾ ਸੀਗਾ ਉਸ ਮੰਦਰ ਵਿੱਚ ਕੋਸ਼ਿਸ਼ ਹੀ ਪਾ ਕੇ ਲੈ ਆਂ ਰੋਜ਼ ਕਹਿੰਦੇ ਤੇਲ ਲਾਉਣਾ ਉਸ ਤੋਂ ਬਾਅਦ ਕਹਿੰਦੇ ਪਭੂਤੀ ਲਾ ਲੈਣੀ ਗੱਲ ਕੀ ਉਹ ਜਿਹੜੀ ਦਰਦ ਸੀ ਤੇ ਕਹਿੰਦੇ ਵੀ ਉਹ ਦਰਦ ਜਿਹੜੀ ਸੀਗੀ ਹਨਾ ਉਹ 1.5 ਮਹੀਨਾ ਤੱਕ ਰਹੀ ਆ ਤੇ ਦਰਦਵਾਰੀ ਜਗ੍ਹਾ ਦੇ ਉੱਤੇ ਕਹਿੰਦੇ ਛਾਲੇ ਬਣ ਗਏ ਸੀਗੇ ਮੇਰੇ ਤੇ ਕਹਿੰਦੇ ਛਾਲਿਆਂ ਤੇ ਮੈਂ ਤੇਲ ਲਾਉਣਾ ਛਾਲੇ ਫਿਰ ਜਣੇ ਫੇਰ ਛਾਲੇ ਬਣ ਜਾਣੇ ਫੇਰ ਮੈਂ ਤੇਲ ਲਾਉਣਾ ਕਹਿੰਦੇ ਘਰ ਦੇ ਪਰੇਸ਼ਾਨ ਹੋ ਗਏ ਮੈਨੂੰ ਪੁੱਛਣ ਲੱਗੇ ਕੀ ਹੋ ਗਿਆ ਕਹਿੰਦੇ ਮੈਂ ਕਿਹਾ ਪਤਾ ਨਹੀਂ ਕੀ ਹੋ ਗਿਆ ਤੇ ਇਹ ਮੈਨੂੰ ਕਿਸੇ ਅਦ੍ਰਿਸ਼ ਸ਼ਕਤੀ ਨੇ ਫੜ ਲਿਆ ਹੈਗਾ ਤੇ ਉਹਦੇ ਕਰਕੇ ਉਹਦੀ ਜਲਨ ਹੋ ਰਹੀ ਆ ਪਰ ਕਹਿੰਦੇ ਹੌਲੀ ਹੌਲੀ ਡੇਢ ਕੇ ਮਹੀਨੇ ਬਾਅਦ ਕਹਿੰਦੇ ਵੀ ਉਹ ਸਾਰੀ ਜਿਹੜੀ ਸੀ ਕਿਰਿਆ ਦਰਦ ਦੀ ਖਤਮ ਹੋ ਗਈ ਉਸ ਤੋਂ ਬਾਅਦ ਕਹਿੰਦੇ ਵੀ ਉਹ ਜਿਹੜੀ ਸ਼ਕਤੀ ਅਦ੍ਰਿਸ਼ ਸੀ ਮੈਨੂੰ ਜੁੜੀ ਹੋਈ ਸੀ ਕਹਿੰਦੇ ਮੈਂ ਉਹਦੇ ਚੰਗੀ ਤਰ੍ਹਾਂ ਉਸ ਇੱਕ ਡੇਢ ਦੋ ਮਹੀਨੇ ਦੇ ਵਿੱਚ ਉਹਦੇ ਅਧੀਨ ਹੋ ਗਿਆ ਉਹਨੂੰ ਸਮਰਪਿਤ ਹੋ ਗਿਆ ਕਿਉਂਕਿ ਉਸ ਸ਼ਕਤੀ ਨੇ ਕਹਿੰਦੇ ਮੇਰੇ ਉੱਤੇ ਆਪਣਾ ਪੂਰਾ ਜਿਹੜਾ ਸੀਗਾ ਉਹ ਕਬਜ਼ਾ ਜਿਹੜਾ ਸੀਗਾ ਉਹਨੇ ਜਮਾ ਲਿਆ ਸੀਗਾ। ਉਸ ਸਜਣ ਦਹਾਦੇ ਸੀ ਉਤ ਤੋਂ ਬਾਅਦ ਫਿਰ ਮੇਰੇ ਜੀਵਨ ਦੇ ਵਿੱਚ ਬੜੀਆਂ ਅਜੀਬ ਘਟਨਾਵਾਂ ਹੋਣ ਲੱਗੀਆਂ। ਕਹਿੰਦੇ ਇੱਕ ਦਿਨ ਕੀ ਹੋਇਆ ਇੱਕ ਮੇਰੇ ਨਾਲ ਦੇਣ ਸਜਣ ਦੇ ਪੜੋਸੀ ਸੀਗਾ ਤੇ ਉਹਦੇ ਬੱਚੇ ਦਾ ਸਿਰ ਬੜਾ ਦਰਦ ਕਰ ਰਿਹਾ ਸੀਗਾ। ਕਹਿੰਦੇ ਮੈਨੂੰ ਆਖਿਆ ਭਈ ਤੂੰ ਇਦਾਂ ਕਰ ਆਪਾਂ ਦੋਨੇ ਚੱਲਦੇ ਆਂ। ਤੇ ਤੂੰ ਮੋਟਰਸਾਈਕਲ ਕੱਢ ਲਾ ਤੇ ਬੱਚੇ ਨੂੰ ਲੈ ਕੇ ਹਸਪੀਟਲ ਜਾਣਾ। ਕਹਿੰਦੇ ਮੈਂ ਕਿਹਾ ਚੱਲ ਠੀਕ ਆ। ਇਹ ਸੱਜਣ ਕਹਿੰਦੇ ਕਿ ਜਦੋਂ ਮੈਂ ਹਨਾ ਮੋਟਰਸਾਈਕਲ ਚੱਕ ਕੇ ਉਹਦੇ ਬੱਚੇ ਨੂੰ ਜਦ ਹਸਪੀਟਲ ਜਾਣ ਲੱਗਾ। ਕਹਿੰਦੇ ਉਹ ਆਵਾਜ਼ ਜਿਹੜੀ ਮੈਨਾਂ ਜੁੜ ਚੁੱਕੀ ਸੀ। ਕਹਿੰਦੇ ਉਹ ਅਦ੍ਰੇਸ਼ ਸ਼ਕਤੀ ਦੀ ਆਵਾਜ਼ ਹੈ। ਕਹਿੰਦੇ ਤੂੰ ਕਿੱਥੇ ਚੱਲਣਾ? ਕਹਿੰਦੇ ਮੈਂ ਉਹਨੂੰ ਆਖਿਆ ਕਿ ਮੈਂ ਹਸਪੀਟਲ ਚੱਲਾਂ। ਤੇ ਬੱਚੇ ਦੇ ਸਿਰ ਤੇ ਦਰਦ ਹੋ ਰਿਹਾ। ਕਹਿੰਦੇ ਫੇਰ ਕਹਿੰਦੇ ਉਹ ਆਵਾਜ਼ ਹੈ ਵੀ ਤੈਨੂੰ ਹਸਪੀਟਲ ਜਾਣ ਦੀ ਕੀ ਲੋੜ ਆ? ਕਿਉਂ ਇਸ ਬੱਚੇ ਦੇ ਸਿਰ ਤੇ ਹੱਥ ਫੇਰ ਦੇ ਬਸ ਇਹ ਠੀਕ ਹੋ ਜਾਊ ਇਹ ਕਹਿੰਦੇ ਮੇਰਾ ਜ਼ਿੰਦਗੀ ਦਾ ਪਹਿਲਾ ਕਹਿੰਦੇ ਸਗਾ ਉਸ ਟਾਈਮ ਇਸ ਅਧ੍ਰਿਸ਼ ਸ਼ਕਤੀ ਦਾ ਪਹਿਲਾ ਕਾਰਨਾਮਾ ਤੇ ਇਹ ਸੱਜਣ ਦਾਦੇ ਜਿਉ ਜੋ ਮੈਂ ਕਿਹੜੇ ਬੱਚੇ ਦੇ ਸਿਰ ਤੇ ਹੱਥ ਫੇਰਿਆ ਤੇ ਬੱਚਾ ਕਹਿੰਦੇ ਬਿਲਕੁਲ ਠੀਕ ਹੋ ਗਿਆ ਚੁੱਪ ਹੋ ਗਿਆ ਉਹ ਕਹਿਣ ਲੱਗਾ ਕਿ ਮੇਰੀ ਸਾਰੀ ਦਰਦ ਗਾਇਬ ਹੋ ਗਈ ਫਿਰ ਕਹਿੰਦੇ ਉਹ ਜਿਹੜਾ ਸੱਜਣ ਸੀ ਜਿਹਦਾ ਬੱਚਾ ਸਗਾ ਕਿਹਦੇ ਬੜਾ ਹਰਨ ਮੈਨੂੰ ਕਹਿਣ ਲੱਗਾ ਵੀ ਤੂੰ ਕੀ ਕੀਤਾ ਕਹਿੰਨੇ ਮੈਂ ਉਹਨੂੰ ਅਖਿਆ ਮੈਂ ਕੁਛ ਨਹੀਂ ਕੀਤਾ ਬਸ ਆਪਾਂ ਹੁਣ ਹਸਪੀਟਲ ਜਾਣ ਦੀ ਲੋੜ ਨਹੀਂ ਤੇ ਬੱਚੇ ਨੂੰ ਘਰ ਲੈ ਜਾ ਹੁਣ ਕੁਛ ਨਹੀਂ ਹੁੰਦਾ ਠੀਕ ਠਾਕ ਤੇ ਸੱਜਣ ਕਹਿ ਲੱਗੇ ਮੈਂ ਕਹਿ ਘੇਣਾ ਫਿਕਰ ਆ ਗਿਆ ਫੇਰ ਕਹਿੰਦੇ ਮੇਰਨਾ ਡਾੜੀਆਂ ਸੀ ਨਿਤ ਨਵੀਆਂ ਤੋਂ ਨਵੀਆਂ ਹੋਰ ਘਟਨਾਵਾਂ ਹੋਣ ਲੱਗ ਪਈਆਂ ਇੱਕ ਦਿਨ ਸੱਜਣ ਕਹਿਣ ਲੱਗੇ ਕਿ ਮੈਂ ਆਪਣੇ ਕੰਮ ਦੇ ਸਿਲਸਿਲੇ ਵਿੱਚ ਰਾਤ ਨੂੰ ਕਹਿੰਦੇ ਜਦ ਮੋਟਰਸਾਈਕਲ ਦੇ ਉੱਤੇ ਘਰ ਆ ਰਿਹਾ ਸੀ ਹਜੇ ਕਹਿੰਦੇ ਘਰ ਦੇ ਬੂਹੇ ਮੋਰੀ ਕਿੰਨੇ ਹਜੇ ਮੈਂ ਮੋਟਰਸਾਈਕਲ ਖੜਾ ਕੀਤਾ ਤੇ ਇਹ ਸ਼ਕਤੀ ਜਿਹੜੀ ਮੈਨੇ ਜੋੜ ਚੁੱਕੀ ਸੀ ਕਹਿੰਦੇ ਇਹ ਸ਼ਕਤੀ ਨੇ ਮੈਨੂੰ ਆਵਾਜ਼ ਮਾਰੀ ਕਹਿੰਦੇ ਭਾਈ ਆਪਾਂ ਹੁਣ ਕਿੱਥੇ ਚੱਲਣਾ ਹੈ ਕਹਿੰਦੇ ਜੇ ਰਹੀਨੀ ਗੱਲ ਹੋਵੇ ਮੈਂ ਟੇਮ ਦੇਖ ਮੈਨੂੰ ਆਖੇ ਬੇ ਹੁਣ ਕਿੱਥੇ ਜਾਣਾ ਹੈਗਾ ਉਹ ਕਹਿੰਦੇ ਨਹੀਂ ਆਪਾਂ ਕਿੱਥੇ ਚੱਲਣਾ ਹੈ ਚੱਲ ਮੈਂ ਤੈਨ ਕਿਹੜੇ ਜਰੀ ਨਹੀਂ ਗੱਲੇ ਤੇ ਮੈਂ ਉਹਨੂੰ ਆਖਿਆ ਮੈਂ ਕਿਹਾ ਵੀ ਹੁਣ ਸੈਰ ਕਰਨਾ ਹੈਗਾ ਪਰ ਕਹਿੰਦੇ ਉਸ ਜੰਨ ਦੱਸਦੇ ਸੀ ਕਿ ਮੈਨੂੰ ਸ਼ਕਤੀ ਨਾਲ ਰਹਿਣਾ ਫਿਰ ਜਿਹੜਾ ਸਗੋਂ ਬੜਾ ਚੰਗਾ ਲੱਗਣ ਲੱਗ ਪਿਆ ਸੀ ਕਹਿੰਦੇ ਮੈਂ ਕਿਹਾ ਚੱਲ ਠੀਕ ਆ ਚਲੇ ਚੱਲਦੇ ਆ ਕਹਿੰਦੇ ਮੈਂ ਮੋਟਰਸਾਈਕਲ ਚੱਕਿਆ ਜਿਵੇਂ ਜਿਵੇਂ ਸ਼ਕਤੀ ਜਿਹੜੀ ਸੀ ਮੈਨੂੰ ਗਾਈਡ ਕਰਦੀ ਗਈ ਕਹਿੰਦੇ ਮੈਂ ਦੇਦਾ ਜਿਹੜਾ ਸਗਾ ਆਪਣੇ ਸ਼ਹਿਰ ਦੇ ਵਿੱਚੋਂ ਕਹਿੰਦੇ ਮੋਟਰਸਾਈਕਲ ਚਲਾਉਂਦਾ ਜਦੋਂ ਦਾ ਸ਼ਹਿਰੋਂ ਬਾਹਰ ਆ ਗਿਆ ਜਦ ਬਾਹਰ ਆ ਗਿਆ ਇੱਕ ਜਗ੍ਹਾ ਕਹਿੰਦੇ ਵੀ ਜਿੱਥੇ ਅਜਾੜ ਵਿਆਪਨ ਹੁੰਦੇ ਆ ਉਸ ਸੜਕ ਦੇ ਉੱਤੋਂ ਦੀ ਕਹਿੰਦੇ ਉਹ ਸ਼ਕਤੀ ਮੈਨੂੰ ਲੈ ਕੇ ਜਾ ਰ ਕਿੰਨੇ ਮੈਂ ਉੱਥੇ ਮੋਟਰਸਾਈਕਲ ਰੋਕਿਆ ਤੇ ਕਹਿੰਦੇ ਮੈਂ ਦੇਖਿਆ ਮੈਂ ਕਿਹਾ ਕੀ ਆ ਇੱਥੇ ਜਦ ਕਿੰਨੇ ਮੈਂ ਕੀ ਦੇਖਿਆ ਉੱਥੇ ਝੌਂਪੜੀਆਂ ਬੁਣੀਆਂ ਹੋਈਆਂ ਸੀਗੀਆਂ ਤੇ ਉਹਨਾਂ ਝੌਂਪੜੀਆਂ ਵਿੱਚ ਬੰਜਾਰੇ ਰਹਿੰਦੇ ਸੀ ਤੇ ਇਹਨਾਂ ਬੰਜਾਰਿਆਂ ਵਿੱਚੋਂ ਤਿੰਨ ਚਾਰ ਬੰਜਾਰੇ ਜਿਹੜੇ ਸੀ ਕਹਿੰਦੇ ਸੜਕ ਦੇ ਬੈਠ ਕੇ ਰਾਤ ਨੂੰ ਰੋ ਰਹੇ ਸੀ ਕਹਿੰਦੇ ਜਦੋਂ ਰੋ ਰਹੇ ਸੀ ਤੇ ਮੈਂ ਉਹਨਾਂ ਬੰਜਾਰਿਆਂ ਨੂੰ ਪੁੱਛਿਆ ਵੀ ਕੀ ਗੱਲ ਹੋਈ ਤੁਸੀਂ ਕੱਲ੍ਹ ਤੇ ਰੋਂਦੇ ਆ ਤੇ ਫੇਰ ਕਹਿੰਦੇ ਉਹਨਾਂ ਬੰਜਾਰਿਆਂ ਨੇ ਦੱਸਿਆ ਕਿ ਸਾਡੀ ਇੱਕ ਲੜਕੀ ਉਹਦੇ ਬੱਚਾ ਹੋਣ ਵਾਲਾ ਪਰ ਬੱਚਾ ਉਹਦੇ ਹੋ ਨਹੀਂ ਰਿਹਾ ਹੈਗਾ ਤੇ ਅਸੀਂ ਹੁਣ ਇਸ ਪਾਸੇ ਕਿਤੇ ਜਾ ਵੀ ਨਹੀਂ ਸਕਦੇ ਬੜੀ ਮੁਸ਼ਕਲ ਸਥਿਤੀ ਦੇ ਯਾਦ ਇੰਨੀ ਗੱਲ ਹੋਈ ਤੇ ਕਹਿੰਦੇ ਉਹ ਜਿਹੜੀ ਸ਼ਕਤੀ ਸੀ ਮੇਰੇ ਨਾਲ ਅਟੈਚ ਹੋਈ ਕਹਿੰਦੇ ਮੈਨੂੰ ਕਹਿਣ ਲੱਗੀ ਤੂੰ ਇਦਾਂ ਕਰ ਇਥੋਂ ਮਿੱਟੀ ਚੱਕ ਮਿੱਟੀ ਚੱਕ ਇਹਨਾਂ ਨੂੰ ਇਹ ਆਖਦੇ ਕਿ ਜਾਓ ਇਹ ਮਿੱਟੀ ਜਿਹੜੀ ਆ ਪਾਣੀ ਦੇ ਵਿੱਚ ਘੋਲ ਕੇ ਤੇ ਉਹ ਲੜਕੀ ਦੇ ਨਾ ਪੇਟ ਤੇ ਉੱਤੇ ਲਾ ਦਿਓ ਕਹਿੰਦੇ ਮੈਂ ਇਹਨੂੰ ਆਖਿਆ ਮੈਂ ਕੋਈ ਗੱਲ ਨਹੀਂ ਕਹਿੰਦੇ ਮੈਂ ਥੱਲੇ ਮਿੱਟੀ ਚੱਕੀ ਮਿੱਟੀ ਚੱਕ ਕੇ ਉਹ ਬੰਜਾਰੇ ਦੇ ਹੱਥੇ ਗਿਆ ਮੈਂ ਕਹਾਂ ਲੈ ਮਿੱਟੀ ਤੇ ਉਹ ਪਾਣੀ 'ਚ ਘੋਲ ਕੇ ਨਾ ਲੜਕੀ ਦੇ ਪੇਟ ਤੇ ਲਾ ਦੇ ਫੇਰ ਡਿਲੀਵਰੀ ਹੋ ਜਾਣੀ ਕਹਿੰਦੇ ਨਹੀਂ ਕਹਿਣ ਦੀ ਡੇਰਾ ਕਹਿੰਦੇ ਉਹਨਾਂ ਨੇ ਵੀ ਪਤਾ ਨਹੀਂ ਮੇਰੀ ਗੱਲ ਕਿਵੇਂ ਮੰਨ ਲਈ ਜਾ ਕੇ ਦਮੀ ਕਿੰਦਰ ਉਹਨਾਂ ਨੇ ਮੈਂ ਤੋਂ ਮਿੱਟੀ ਫੜੀ ਮਿੱਟੀ ਫੜ ਕੇ ਕਹਿੰਦੇ ਨਾਲ ਹੀ ਪਾਣੀ ਜੇ ਘੋਲ ਕੇ ਤੇ ਉਹਦਾ ਜਿਹੜਾ ਲੇਪ ਤਿਆਰ ਕਰ ਦਿੱਤਾ ਤੇ ਉਹ ਬੱਚੇ ਵਾਲੀ ਲੜਕੀ ਦੇ ਕਹਿੰਦੇ ਉਹ ਅੰਦਰ ਜਾ ਕੇ ਉਹ ਪੇਟ ਤੇ ਲਾ ਦਦਾ ਜਦ ਪੇਟ ਤੇ ਲਾ ਦਦਾ ਇਹ ਸਜਣ ਕਹਿਣ ਲੱਗੇ ਮੈਂ ਬਾਹਰ ਹੀ ਖੜਾ ਸਗਾ ਤੇ तकरीबन 50 ਮਿੰਟ ਬਾਅਦ ਉਹ ਬੱਚਾ ਜਿਹੜਾ ਸਗਾ ਬਿਲਕੁਲ ਨਾਰਮਲ ਹੋ ਗਿਆ ਜਾਂ ਨਾਰਮਲ ਹੋ ਗਿਆ ਕਹਿੰਦੇ ਫੇਰ ਕੀ ਸੀ ਫੇਰ ਤਾਂ ਬਣ ਜਾ ਰਿਆਂ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ ਕਹਿੰਦੇ ਉਹ ਸਾਰੇ ਬੰਜਾਰੇ ਨੇ ਦੌੜ ਕੇ ਮੇਰੇ ਪੈਰ ਫੜ ਲਏ ਕਹਿੰਦੇ ਜਦ ਪੈਰ ਫੜੇ ਕਹਿੰਦੇ ਮੈਂ ਉਹਨਾਂ ਨੂੰ ਇਹ ਆਖਿਆ ਕਿ ਮੈਂ ਕੁਝ ਨਹੀਂ ਕੀਤਾ ਕੁਝ ਨਹੀਂ ਕੀਤਾ ਜੋ ਵੀ ਕੀਤਾ ਹੈਗਾ ਬਾਬਾ ਜੀ ਨੇ ਕੀਤਾ ਹੈਗਾ ਉਹ ਕਹਿੰਦੇ ਅਸੀਂ ਨਹੀਂ ਜਾਣਦੇ ਅਸੀਂ ਤਾਂ ਤੈਨੂੰ ਹੀ ਜਾਣਦੇ ਹੈ ਕਹਿੰਦੇ ਫਿਰ ਮੈਂ ਚੁੱਪ ਕਰਦਾ ਰਿਹਾ ਪਰ ਕਿ ਕਹਿੰਦੇ ਉਸ ਟਾਈਮ ਤਕਰੀਬਨ ਰਾਤ ਦਾ 2:00 ਬੱਜ ਚੁੱਕਾ ਸੀ ਤੇ ਫਿਰ ਕਹਿੰਦੇ ਵੀ ਮੈਨੂੰ ਭੁੱਖ ਵੀ ਬੜੀ ਲੱਗੀ ਹੋਈ ਸੀ ਫਿਰ ਕਹਿੰਦੇ ਮੈਂ ਉਸ ਅਧਰਸ਼ਕਤੀ ਨੂੰ ਪੁੱਛਿਆ ਮੈਂ ਕਿ ਮੈਨੂੰ ਭੁੱਖ ਬੜੀ ਲੱਗੀ ਹੋਈ ਹੈ ਤੇ ਕਹਿੰਦੇ ਜਦ ਇਹ ਨਹੀਂ ਗੱਲ ਹੋਈ ਕਿ ਉਹ ਜਿਹੜੇ ਬੰਜਾਰੇ ਕਹਿਣ ਲੱਗੇ ਕਿ ਤੂੰ ਹੁਣ ਸਾਡੇ ਪਾਸ ਥੋੜਾ ਬੋਤਾ ਜੋ ਵੀ ਜਾਂ ਸਾਡੇ ਪਾਸੇ ਬਣਿਆ ਤੂੰ ਖਾ ਜਾ ਕਹਿੰਦੇ ਮਹਿਮਾਨ ਸੋਚਿਆ ਵੀ ਨਹੀਂ ਕੀ ਬਣਾਇਆ ਹੋਊਗਾ ਤੇ ਕਹਿੰਦੇ ਫਿਰ ਅਦ੍ਰਿਸ਼ ਸ਼ਕਤੀ ਬੋਲੀ ਕਹਿੰਦੇ ਇਹਨੇ ਤਿੱਤਰ ਬਣਾਇਆ ਤੂੰ ਤਿੱਤਰ ਖਾ ਲੈ ਤੇ ਕਹਿੰਦੇ ਵੀ ਮੈਂ ਹਜੇ ਜਦ ਇਹ ਆਵਾਜ਼ ਮੈਨੂੰ ਆਈ ਤੇ ਕਹਿੰਦੇ ਉਹ ਜਿਹੜੇ ਬੰਜਾਰੇ ਸੀਗੇ ਇੱਕ ਥਾਲ ਵਿੱਚ ਕਹਿੰਦੇ ਉਹ ਤਿੱਤਰ ਜਿਹੜਾ ਸੀਗਾ ਜੋ ਨਹੀਂ ਕਿ ਜ ਬਣਾਇਆ ਸੀ ਮੇਰੇ ਲਿਆ ਕੇ ਚੌਲਾਂ ਦੇ ਨਾਲ ਕਹਿੰਦੇ ਮੋਰੇ ਰੱਖ ਦਿੱਤਾ ਤੇ ਸੱਜਣ ਕਹਿਣ ਲੱਗੇ ਕਹਿੰਦੇ ਫਿਰ ਮੈਂ ਉਹ ਤਿੱਤਰ ਖਾ ਲੈ ਖਾ ਕੇ ਕਹਿੰਦੇ ਫਿਰ ਮੇਰੇ ਬਾਪ ਜਿਹੜਾ ਸੀ ਘਰ ਆ ਗਿਆ ਇਸੇ ਤਰ੍ਹਾਂ ਕਹਿੰਦੇ ਫਿਰ ਰੋਜ਼ ਜਿਹੜੀ ਸੀ ਨਮੀਆਂ ਤੋਂ ਨਮੀਆਂ ਅਗੇ ਹਨ ਘਟਨਾਵਾਂ ਹੋਣੀਆਂ ਸ਼ੁਰੂ ਹੋ ਗਈਆਂ ਤੇ ਫਿਰ ਕਹਿੰਦੇ ਇੱਕ ਦਿਨ ਆਵਾਜ਼ ਆਈ ਕਹਿੰਦੇ ਮੈਨੂੰ ਕਹਿਣ ਲੱਗੇ ਵੀ ਗੱਲ ਇੱਕ ਹੈਗੀ ਆ ਤੂੰ ਹੁਣ ਕਦੀ ਵੀ ਕੋਈ ਵੀ ਫਲ ਖਾਣਾ ਹਨ ਇੱਕ ਫਲ ਖਾਣਾ ਇੱਕ ਤੋਂ ਜ਼ਿਆਦਾ ਫਲ ਨਹੀਂ ਖਾਣਾ ਚਾਹੇ ਫਲ ਵੱਡਾ ਹੋਵੇ ਚਾਹੇ ਛੋਟਾ ਹੋਵੇ ਇੱਕ ਫਲ ਖਾਣਾ ਹੈਗਾ ਕਹਿੰਦੇ ਮੈਂ ਕਿਹਾ ਚੱਲ ਠੀਕ ਆ ਕਹਿੰਦੇ ਕੋਈ ਵੀ ਫਲ ਹੋਣਾ ਮੈਂ ਇੱਕ ਫਲ ਖਾਂਦੇ ਚਾਹੇ ਅੰਗੂਰ ਵੀ ਹੋਵੇ ਤਾਂ ਵੀ ਇੱਕ ਫਲ ਖਾਣਾ ਹੈ ਇੱਕ ਦਿਨ ਇਹ ਸੱਜਣ ਗੇੜ ਲੱਗੇ ਕਿ ਮੇਰੇ ਕਰੀਬ ਦੋਸਤ ਜਿਹੜੇ ਸੀਗੇ ਉਹਨਾਂ ਦੇ ਨਾਲ ਬੈਠਾ ਹੋਇਆ ਸੀਗਾ ਤੇ ਕਹਿੰਦੇ ਮੇਰੇ ਦੋਸਤਾਂ ਨੂੰ ਪਤਾ ਸੀਗਾ ਵੀ ਇੰਨੇ ਹਨ ਇੱਕ ਫਲ ਜਿਹੜਾ ਹੈਗਾ ਖਾਣਾ ਹੈਗਾ ਇਸ ਕਰਕੇ ਕਹਿੰਦੇ ਮੇਰੇ ਦੋਸਤਾਂ ਨੇ ਕੀ ਕੀਤਾ ਹੈਗਾ ਕਿ ਉੱਥੋਂ ਤਰਬੂਜ ਮੰਗਾ ਲਿਆ ਉਹਨਾਂ ਨੇ ਤਰਬੂਜਾ ਨੂੰ ਕੱਟ ਕੇ ਕਹਿੰਦੇ ਪਲੇਟ 'ਚ ਪਾ ਲਿਆ ਤੇ ਨਮਕ ਛੜ ਕੇ ਕਹਿੰਦੇ ਸਾਡੇ ਚਾਰਾਂ ਦੇ ਮੂਰੇ ਰੱਖ ਲਿਆ ਤੇ ਕਹਿਣ ਲੱਗੇ ਕਹਿੰਦੇ ਭਾਈ ਤੂੰ ਖਾ ਲਾ ਕਹਿੰਦੇ ਹੁਣ ਤਰਬੂਜ ਜਿਹੜਾ ਸੀਗਾ ਮੈਂ ਵੀ ਸੋਚਿਆ ਬਈ ਚਲੋ ਠੀਕ ਆ ਕਹਿੰਦੇ ਅਸੀਂ ਚਾਰ ਜਾਣੇ ਜਿਹੜੇ ਸੀ ਖਾਣ ਲੱਪੇ ਉਸ ਟਾਈਮ ਤਕਰੀਬਨ 11:30 ਵਜੇ ਦਾ ਟਾਈਮ ਸੀਗਾ ਕਹਿੰਦੇ ਉਹ ਜਿਹੜਾ ਤਰਬੂਜ ਪਲੇਟ 'ਚ ਕੱਟਿਆ ਸੀਗੇ ਅਸੀਂ ਚਾਰ ਜਾਣੇ ਖਾਣ ਲੱਪੇ ਕਹਿੰਦੇ ਖਾਂਦੇ ਖਾਂਦੇ ਤਕਰੀਬਨ ਕਹਿੰਦੇ 1:30 ਬਜ ਗਿਆ ਪਰ ਕਹਿੰਦੇ ਉਹ ਪਲੇਟ ਵਾਲੀ ਤਰਬੂਜ ਜਿਹੜੀ ਸੀ ਉਹ ਖਤਮ ਹੀ ਨਾ ਹੋਵੇ ਇਹ ਖਤਮ ਨਾ ਹੋਵੇ ਕਹਿੰਦੇ ਅਸੀਂ ਹੈਰਾਨ ਮੇਰੇ ਮਿੱਤਰ ਵੀ ਹੈਰਾਨ ਵੀ ਤਰਬੂਜ ਤਾਂ ਤੇ ਕਿਨਪਨ 10 ਮਿੰਟ 'ਚ ਜਿਹੜੇ ਸੀਗੇ ਇਹ ਸਾਰੇ ਖਤਮ ਹੋ ਜਾਣੇ ਚਾਹੀਦੇ ਸੀ ਪਰ ਪਲੇਟ ਤਾਂ ਫੇਰ ਵੀ ਭਰੀ ਦੀ ਭਰੀ ਰਹਿੰਦੀ ਆ ਇਹ ਚ ਤਰਬੂਜ ਖਤਮ ਕਿਉਂ ਨਹੀਂ ਹੁੰਦੇ ਇਸ ਸੱਜਣ ਨੇ ਕਹਿਣ ਲੱਗੇ ਫਿਰ ਮੈਨੂੰ ਗਲਤੀ ਦਾ ਅਹਿਸਾਸ ਹੋਇਆ ਕਿ ਮੈਂ ਗਲਤੀ ਕਰ ਬੈਠਾ ਫਿਰ ਕਹਿੰਦੇ ਮੈਂ ਜਿਹੜੇ ਸੀ ਮਾਨੀ ਮੰਨ ਕਹਿੰਦੇ ਮੈਂ ਆਖਿਆ ਵੀ ਮੇਥੋਂ ਗਲਤੀ ਹੋ ਗਈ ਆ ਤੁਸੀਂ ਇੱਕ ਫਲ ਖਾਣ ਨੂੰ ਕਿਹਾ ਸੀਗਾ ਪਰ ਮੈਂ ਗਲਤੀ ਕਰ ਗਿਆ ਅੱਗੇ ਤੋਂ ਨਹੀਂ ਕਰੂੰਗਾ ਫਿਰ ਕਹਿੰਦੇ ਉਹ ਜਿਹੜਾ ਸੱਜਣਾ ਨੇ ਜਿਹੜੀ ਸੀ ਤਰਬੂਜ ਉਹ ਪਲੇਟ 'ਚ ਕੱਟ ਕੇ ਮੇਰੇ ਮੂਰੇ ਰੱਖੇ ਸੀ ਕਹਿੰਦੇ ਵੀ ਉਹਨਾਂ ਨੇ ਵੀ ਗਲਤੀ ਕੀਤੀ ਕਿ ਭਾਈ ਅਸੀਂ ਹਨਾ ਤੇਰੇ ਨਾਲ ਇਸ ਗੱਲੋਂ ਮਾਫੀ ਮੰਗਦੇ ਆ ਕਿ ਅਸੀਂ ਇਹ ਜਿਹੜੇ ਤਰਬੂਜ ਸੀਗੇ ਕੱਟ ਕੇ ਮੂਰੇ ਰੱਖ ਦਿੱਤੇ ਇਸ ਕਰਕੇ ਅਸੀਂ ਇਹ ਚਮਤਕਾਰੱਖੀ ਦੇਖਿਆ ਇਹ ਤਰਬੂਜ 11:30 ਤੋਂ ਖਾਂਦੇ ਖਾਂਦੇ 1:30 ਵਜੇ ਗਏ 2 ਘੰਟਿਆਂ ਵਿੱਚ ਚੋ ਜਾਣਿਆ ਤੋਂ ਇੱਕ ਪਲੇਟ ਤਰਬੂਜ ਦੀ ਖਤਮ ਨਹੀਂ ਹੋਈ ਹੁਣ ਇਸ ਤੋਂ ਵੱਡਾ ਚਮਤਕਾਰ ਕੀ ਹੋ ਸਕਦਾ ਹੈ ਸੋ ਉਸ ਤੋਂ ਬਾਅਦ ਇਹ ਸੱਜਣ ਦੱਸਦੇ ਸੀ ਕਿੰਦੇ ਵੀ ਇੱਕ ਮੇਰੇ ਨਾਲ ਮੇਰਾ ਮਿੱਤਰ ਸੀ ਜਨੇ ਇੱਕ ਨਵੀਂ ਦੁਕਾਨ ਲਾਈ ਸੀ ਕਹਿੰਦੇ ਇਹਨੇ ਮੈਨੂੰ ਫੋਨ ਕੀਤਾ ਕਿ ਮੈਂ ਇੱਕ ਨਵੀਂ ਦੁਕਾਨ ਲੈਣੀ ਆ ਜੇ ਤੂੰ ਕੰਮ ਕਰਨਾ ਤੇ ਆ ਜਾ ਤੈਨੂੰ ਦੁਕਾਨ ਦਿਖਾ ਦਨਾ ਕਹਿੰਦੇ ਮੈਂ ਕਿਹਾ ਚਲ ਠੀਕ ਆ ਮੈਂ ਦੇਖ ਲੈਣਾ ਕਹਿੰਦੇ ਨੇ ਕਹਿੜ ਦੀ ਡੇ ਸੀ ਕਹਿੰਦੇ ਸਾਡਾ ਫੋਨ ਕੱਟਿਆ ਗਿਆ ਜਦੋਂ ਕੱਟੇਗਾ ਮੇਰੇ ਮਨ ਤੇ ਆ ਵੀ ਨਵੀਂ ਦੁਕਾਨ ਦੀ ਉਹਨੇ ਗੱਲ ਕੀਤੀ ਡਰੈਸ ਦਾ ਪੁੱਲੇ ਆਈ ਨੇ ਕਹਿੰਦੇ ਮੈਂ ਦੁਬਾਰਾ ਜਾ ਕੇ ਉਹਨੂੰ ਫੋਨ ਲਾਉਣ ਲੱਗਾ ਅਚਨ ਚ ਇਹ ਕਹਿੰਦੇ ਅਧ੍ਰੈਸ਼ਕਤੀ ਕਹਿੰਦੇ ਉਹਦੇ ਵਿੱਚੋਂ ਆਵਾਜ਼ ਆਈ ਉਹ ਕਹਿਣ ਲੱਗੀ ਤੂੰ ਕਰਨ ਲੱਗਾ ਕਹਿੰਦੇ ਮੈਂ ਕਿਹਾ ਮੈਂ ਉਸ ਦੁਕਾਨ ਦਾ ਪਤਾ ਤਾਂ ਡਰੈਸ ਲੈ ਆਈ ਨਹੀਂ ਕਿੱਥੇ ਦੁਕਾਨ ਲਈ ਆ ਫਿਰ ਕਹਿੰਦੇ ਉਹ ਅਧ੍ਰੈਸ਼ਕਤੀ ਬੋਲੀ ਕਿ ਉਹਦਾ ਡਰੈਸ ਪਤਾ ਮੇਰੇ ਪਾਸ ਹੈਗਾ ਉਹ ਤਾਂ ਬਸ ਜਨ ਕਹਿਣ ਲੱਗੇ ਕਿ ਮੈਂ ਮੋਟਰਸਾਈਕਲ ਤੇ ਬੈਠਾ ਤੇ ਕਹਿੰਦੇ ਉਹ ਅਦ੍ਰਿਸ਼ ਸ਼ਕਤੀ ਕਹਿੰਦੇ ਮੈਨੂੰ ਉਸ ਥਾਂ ਤੇ ਲੈ ਗਈ ਜਿੱਥੇ ਕਹਿੰਦੇ ਉਹਨੇ ਨਵੀਂ ਦੁਕਾਨ ਲਈ ਸੀ ਤੇ ਕਹਿੰਦੇ ਮੈਂ ਦੁਕਾਨ ਦੇ ਮੋਹਰੇ ਆਪਣਾ ਬੁਲਟ ਖੜਾ ਕਰ ਲਿਆ ਤੇ ਸੱਜਣ ਉਡੀਕਣ ਲੱਗਾ ਉਸ ਤੋਂ ਬਾਅਦ ਕਹਿੰਦੇ ਸੱਜਣ ਜਿਹੜੇ ਸੀਗੇ ਉਹ ਵੀ ਕਹਿੰਦੇ ਉਸੇ ਦੁਕਾਨ ਤੇ ਆ ਗਏ ਜਦ ਆ ਗਏ ਤੇ ਮੈਨੂੰ ਦੁਕਾਨ ਦੇ ਮੋਹਰੇ ਮੋਹਰੇ ਖੜਾ ਦੇਖ ਕੇ ਕਹਿੰਦੇ ਬੜੇ ਹੈਰਾਨ ਹੋਏ ਉਹ ਕਹਿਣ ਲੱਗੇ ਕਿ ਮੈਂ ਤਾਂ ਤੈਨੂੰ ਦੁਕਾਨ ਦਾ ਕੋਈ ਡਰੈੱਸ ਨਹੀਂ ਦੱਸਿਆ ਤੇ ਤੂੰ ਮੇਰੀ ਜਸੂਸੀ ਕਰਦਾ ਕਿ ਤੂੰ ਮੇਰੀ ਨਵੀਂ ਦੁਕਾਨ ਕਿਦੋਂ ਲੱਭ ਲਈ ਵੀ ਮੈਂ ਦੁਕਾਨ ਇੱਥੇ ਮੁੱਲ ਲਈ ਆ ਯਾ ਦਿੰਨੀ ਗੱਲ ਹੈ ਹੋਈ ਤੇ ਕਿਨੇ ਮੈਂ ਉਹਨੂੰ ਆਖਿਆ ਮੈਂ ਕਿ ਨਹੀਂ ਨਹੀਂ ਤੂੰ ਮੈਨੂੰ ਫੋਨ ਤੇ ਦੱਸਿਆ ਸੀ ਉਹ ਸੱਜਣ ਕਹਿਣ ਲੱਗੇ ਕਿ ਨਹੀਂ ਨਹੀਂ ਮੈਂ ਤੇਨੂੰ ਫੋਨ ਤੇ ਨਹੀਂ ਦੱਸਿਆ ਮੈਂ ਤਾਂ ਤੇਨੂੰ ਸਮਾ ਕੇ ਫੋਨ ਕਰਨ ਤੋਂ ਬਾਅਦ ਇਹ ਸੋਚਿਆ ਕਿ ਮੈਂ ਤਾਂ ਤੇਨੂੰ ਡਰੈੱਸ ਦਿੱਤਾ ਹੀ ਨਹੀਂ ਤੇ ਕਹਿੰਦੇ ਵੀ ਪਰ ਤੂੰ ਦੁਕਾਨਦ ਕਿਵੇਂ ਲੱਭ ਲਈ ਮੈਨੂੰ ਬੜੀ ਹੈਰਾਨੀ ਦੀ ਗੱਲ ਆ ਤੇ ਉਹ ਸੱਜਣ ਕਹਿਣ ਲੱਗੇ ਦੁਕਾਨਦ ਵਾਲੇ ਕਿ ਇਹ ਜਿਹੜੀ ਨਵੀਂ ਜਗ੍ਹਾ ਨਾਲ ਇਹਦਾ ਡਰੈੱਸ ਤਾਂ ਮੇਰੇ ਘਰ ਵਾਲੇ ਨੂੰ ਵੀ ਨਹੀਂ ਪਤਾ ਕਿ ਮੈਂ ਕਿੱਥੇ ਲਈ ਆ ਪਰ ਹੈਰਾਨੀ ਦੀ ਗੱਲ ਹੈ ਕਿ ਤੂੰ ਕਿਵੇਂ ਇਸ ਦੁਕਾਨ ਦਾ ਪਤਾ ਕਰ ਲਿਆ ਪਾਰੇ ਸੱਜਣ ਕਹਿਣ ਲੱਗੇ ਕਿ ਮੈਂ ਆਪਣੇ ਜਿਹੜਾ ਦੋਸਤ ਹੈਗਾ ਉਸ ਨੂੰ ਕਹਿੰਦੇ ਵੇ ਇੱਕ ਇਹ ਜਨਾਇਆ ਕਿ ਭਾਈ ਨਹੀਂ ਨਹੀਂ ਤੂੰ ਹੀ ਦੱਸ ਸਕਾ ਤੈਨੂੰ ਚੇਤਾ ਭੁੱਲ ਗਿਆ ਕਿਉਂ ਸੱਜਣ ਕਹਿੰਦੇ ਸੀ ਜੇ ਮੈਂ ਉਹਨੂੰ ਦੱਸ ਦਿੰਦਾ ਕਿ ਮੈਨੂੰ ਦੁਕਾਨ ਦਾ ਬਾਬਾ ਜੀ ਨੇ ਦੱਸਿਆ ਹੈ ਜਿਹੜੀ ਅਧਰ ਸ਼ਕਤੀ ਮੇਰੇ ਨਾਲ ਰਹਿੰਦੀ ਆ ਪਰ ਕਹਿੰਦੇ ਮੇਰੇ ਪਤਾ ਸਗਾ ਸੱਜਣ ਮੈਨੂੰ ਮਜ਼ਾਕ ਕਰਨਗੇ ਕਿ ਕੋਈ ਯਕੀਨ ਨਹੀਂ ਕਰਨਗੇ ਬਈ ਦੁਨੀਆ ਦੇ ਵਿੱਚ ਇਸ ਤਰ੍ਹਾਂ ਵੀ ਹੁੰਦਾ ਹੈਗਾ ਸੋ ਇਸ ਤਰ੍ਹਾਂ ਇੱਕ ਵਾਰੀ ਕੀ ਹੋਇਆ ਸਗਾ ਇਹ ਸੱਜਣ ਕਹਿਣ ਲੱਗੇ ਕਿ ਮੈਂ ਹਨਾ ਇੱਕ ਦਿਨ ਸਿਰੜੀ ਬਾਬਾ ਜੀ ਦਰਸ਼ਨ ਕਰਨ ਜਾਣਾ ਸੀਗਾ ਮੇਰੇ ਮਨ ਚ ਆ ਵੀ ਚਲੋ ਦਰਸ਼ਨ ਕਰਨ ਚ ਆਲਦੇ ਆ ਕਹਿੰਦੇ ਇਹ ਅਧਰੇ ਸ਼ਕਤੀ ਆ ਵੀ ਸਿਰੜੀ ਜਾਣਾ ਹੈ ਕਿ ਹਨਾ ਉੱਥੇ ਪੇਠਾ ਲੈ ਕੇ ਜਾਏ ਕਹਿੰਦੇ ਮੈਂ ਕਹਾਂ ਜੀ ਠੀਕ ਆ ਇਹ ਜਿਹੜਾ ਪੇੜਾ ਹੈਗਾ ਇਹ ਮੈਂ ਆਪ ਤਿਆਰ ਕਰ ਲੈਣਾ ਹੈਗਾ ਕਹਿੰਦੇ ਇੰਨੀ ਗੱਲ ਹੋਈ ਉਹ ਕਹਿੰਦੇ ਨਹੀਂ ਨਹੀਂ ਇਹ ਜਿਹੜਾ ਪੇੜਾ ਹੈਗਾ ਤੈਨ ਤਿਆਰ ਨਹੀਂ ਕਰਨਾ ਤੈਨੂੰ ਅਸੀਂ ਦੱਸ ਦਿਆਂ ਕਿ ਤੂੰ ਇਹ ਤਿਆਰ ਕਿਵੇਂ ਕਰਨਾ ਹੈ ਕਹਿੰਦੇ ਮੈਂ ਕਹਾਂ ਚਲੋ ਠੀਕ ਆ ਕਹਿੰਦੇ ਬਾਜੀ ਵੀ ਇਦਾਂ ਕਰ ਪੰਜ 6 ਲੀਟਰ ਪਹਿਲਾ ਦੁੱਧ ਲੈ ਕੇ ਆ ਇਨੇ ਮੈਂ ਕਹਾਂ ਜੀ ਠੀਕ ਆ ਇਹ ਸੱਜਣ ਕਹਿਣ ਲੱਗੇ ਮੈਂ 5-6 ਮਿੰਟ ਲੀਟਰ ਦੁੱਧ ਲਿਆਂਦਾ ਫਿਰ ਕਹਿੰਦੇ ਆਵਾਜ਼ ਆਏ ਕਿ ਇਸ ਨੂੰ ਹੁਣ ਅੱਗ ਦੇ ਉੱਤੇ ਹੁਣ ਚੰਗੀ ਤਰ੍ਹਾਂ ਘਟਸ਼ੀ ਮਾਰ ਮਾਰ ਕੇ ਪੂਰੀ ਤਰ੍ਹਾਂ ਇਹਨੂੰ ਕਾੜਨਾ ਸ਼ੁਰੂ ਕਰ ਦੇ ਤੇ ਸੱਜਣ ਕਹਿਣ ਲੱਗੇ ਕਿ ਮੈਂ ਵੀ ਹੁਣ ਅੱਗ ਤੇ ਰੱਖ ਕੇ ਮੇਰਾ ਇੱਕ ਨਾਲ ਦਾ ਕੋਈ ਰਿਸ਼ਤੇਦਾਰ ਮਾਸੀ ਮਾਸੜ ਦਾ ਕੋਈ ਲੜਕਾ ਸਗਾ ਉਹ ਵੀ ਮੇਰੇ ਨਾਲ ਨਾਲ ਕਹਿੰਦੇ ਲੱਗ ਗਿਆ ਅਸੀਂ ਕਹਿੰਦੇ ਦੋਨੇ ਜਾਣੇ ਉਹ ਦੁੱਧ ਦੇ ਵਿੱਚ ਕਹਿੰਦੇ ਕਿਰਪਾ ਪਾ ਕੇ ਹਿਲਾਉਣ ਲੱਗ ਪਏ ਇਸ ਤਰ੍ਹਾਂ ਕਹਿੰਦੇ ਹਿਲਾਉਂਦੇ ਲੌਂਦੇ ਜਦ ਦੁੱਧ ਸੰਘਣਾ ਹੋ ਗਿਆ ਤੇ ਕਹਿੰਦੇ ਫਿਰ ਆਵਾਜ਼ ਆਏ ਕਿ ਇਸ ਹੁਣ ਪੀੜੇ ਦੇ ਵਿੱਚ ਤੂੰ ਹੁਣ ਹਨਾ ਨਿੰਮ ਦੇ ਲਿਆ ਕੇ ਪੱਤੇ ਪਾ ਦੇ ਕਹਿੰਦੇ ਮੈਂ ਵੀ ਬੜਾ ਹੈਰਾਨ ਵੀ ਨਿੰਮ ਦੇ ਪੱਤੇ ਕਹਿੰਦੇ ਮੈਂ ਪਰ ਕੁਝ ਬੋਲਿਆ ਨਹੀਂ ਕਹਿੰਦੇ ਜਿਵੇਂ ਸ਼ਕਤੀ ਕਹਿੰਦੀ ਮੈਂ ਕਹਾਂ ਚੱਲ ਠੀਕ ਆ ਕਹਿੰਦੇ ਮੈਂ ਨਿੰਮ ਦੇ ਪੱਤੇ ਲਿਆ ਕੇ ਉਹ ਜਿਹੜਾ ਸੀਗਾ ਉਹ ਪੀੜਾ ਦੁੱਧਾ ਤਿਆਰ ਕਰਨਾ ਸੀਗਾ ਕਹਿੰਦੇ ਮੈਂ ਉਹਦੇ ਵਿੱਚ ਪਾ ਦਿੱਤੇ ਹੋਣ ਤੋਂ ਬਾਅਦ ਕਹਿੰਦੇ ਫਿਰ ਉਹਦਾ ਜਿਹੜਾ ਰੰਗ ਸੀਗਾ ਬਰਾਊਨ ਜਿਹਾ ਹੋ ਗਿਆ ਉਸ ਤੋਂ ਬਾਅਦ ਕਹਿੰਦੇ ਵੀ ਉਹਨੇ ਕਹਤੇ ਵੀ ਠੀਕ ਆ ਪੀੜਾ ਤਿਆਰ ਹੋ ਗਿਆ ਤੂੰ ਇਹਨੂੰ ਹੁਣ ਸਰੜੀ ਜਾ ਕੇ ਹਨਾ ਉੱਥੇ ਬੱਚਿਆਂ 'ਚ ਵੰਡ ਦੇ ਇਹ ਸੱਜਣ ਕਹਿਣ ਲੱਗੇ ਕਿ ਮੈਂ ਜਾ ਕੇ ਜਿਹੜਾ ਸੀ ਸਵੇਰੇ ਇਹ ਪੇੜਾ ਜਾਂ ਸੜੀ ਲੈ ਕੇ ਗਿਆ ਤੇ ਬੱਚਿਆਂ ਦੇ ਬਣ ਦਿੱਤਾ। ਉਹ ਤੋਂ ਬਾਅਦ ਕਹਿੰਦੇ ਵੀ ਚਾਰ ਕੇ ਪੇੜੇ ਬਚੇ ਤੇ ਫੇਰ ਆਵਾਜ਼ ਆਈ ਕਿ ਜਿਹੜੇ ਚਾਰ ਬੱਚੇ ਇਹ ਤੂੰ ਹੁਣ ਖਾ ਲਾ। ਇਹ ਸੱਜਣ ਦਾ ਹਦਸੀ ਕਿ ਜਦੋਂ ਮੈਂ ਇਹ ਪੇੜਾ ਖਾ ਲਦਾ ਸੀਗਾ ਹਨਾ ਤੇ ਪੇੜਾ ਕਹਿੰਦੇ ਵੀ ਇੰਨਾ ਮਿੱਠਾ ਸੀਗਾ ਜ਼ਿੰਦਗੀ ਵਿੱਚ ਮੈਂ ਇਹੋ ਜਿਹੇ ਪੇੜੇ ਜ਼ਿੰਦਗੀ 'ਚ ਨਹੀਂ ਖਾਦੇ। ਤੇ ਉਹ ਵੀ ਕਹਿੰਦੇ ਵੀ ਉਹ ਪੇੜਾ ਉਹ ਨਹੀਂ ਬਣਾਇਆ ਜਿਸ ਪੇੜੇ ਦੇ ਵਿੱਚ ਨਿੰਬ ਦੇ ਪੱਤੇ ਪਾਏ ਗਏ ਆ। ਜਦ ਕਿ ਨਿੰਮ ਦੀ ਪੱਤਿਆਂ ਦੀ ਖੜੱਤਨ ਹੁੰਦੀ ਆ ਪਰ ਉਹ ਜਿਹੜਾ ਪੇੜਾ ਸੀਗਾ ਉਹ ਨਿੰਮ ਦੇ ਪੱਤੇ ਪਾਉਣ ਤੋਂ ਬਾਅਦ ਕਹਿੰਦੇ ਵੀ ਇਹਨ ਸ਼ਹਿਦ ਵਰਗਾ ਮਿੱਠਾ ਬਣ ਗਿਆ ਸੀ ਇਸ ਤਰ੍ਹਾਂ ਇਹ ਸਜਣ ਦੀਆਂ ਹੋਰ ਵੀ ਅਨੇਕਾਂ ਜਿਹੜੀਆਂ ਘਟਨਾਵਾਂ ਹੈਗੀਆਂ ਇਹ ਆਪਣੇ ਜੀਵਨ ਦੇ ਵਿੱਚ ਦੱਸਦੇ ਆ ਇੱਕ ਵਾਰ ਇਹ ਦੱਸਦੇ ਸੀਗੇ ਕਿ ਇੱਕ ਵਾਰ ਜਦੋਂ ਇਹ ਸਿਰੜੀ ਹਨਾ ਲੈਨ ਦੇ ਵਿੱਚ ਲੱਗੇ ਹੋਏ ਸੀ ਉੱਥੇ ਮੱਥਾ ਟੇਕਣ ਵਾਸਤੇ ਕਹਿੰਦੇ ਵੀ ਉੱਥੇ ਇੱਕ ਕੋਈ ਲੜਕਾ ਜਿਹੜਾ ਸੀਗਾ ਉਸ ਲੈਂਡ ਦੇ ਪਿੱਛੇ ਪਾਸੇ ਲੱਗ ਗਿਆ। ਜਦ ਲੱਗ ਗਿਆ ਤੇ ਇਹ ਸੱਜਣ ਕਹਿਣ ਲੱਗੇ ਕਿ ਮੈਨੂੰ ਆਵਾਜ਼ ਆਈ। ਆਵਾਜ਼ ਆਈ ਵੀ ਜਾ ਉਹ ਜਿਹੜਾ ਲੜਕਾ ਪਿੱਛੇ ਲੱਗਾ ਹਨ ਤੇ ਉਸ ਲੜਕੇ ਦੇ ਥੱਪੜ ਮਾਰ ਕੇ ਉਹਨੂੰ ਲੈਂਡ ਤੋਂ ਬਾਹਰ ਕੱਢਦੇ। ਤੇ ਸੱਜਣ ਕਹਿਣ ਲੱਗੇ ਕਿ ਮੈਂ ਵੀ ਬੜਾ ਹੈਰਾਨ ਹੋਇਆ ਕਿ ਮੈਂ ਤਾਂ ਲੈਂਡ ਦੇ ਮੋਰੇ ਲੱਗਾ ਉਹ ਸੱਜਣ ਪਿੱਛੇ ਲੱਗੇ ਮੈਨੂੰ ਤਾਂ ਕੋਈ ਦਿੱਕਤ ਨਹੀਂ। ਪਰ ਹੁਣ ਇਹ ਜਿਹੜੀ ਗੈਵੀ ਆਵਾਜ਼ ਹੈਗੀ ਆ ਜਿਹ ਕਹਿੰਦੀ ਵੀ ਸ਼ਕਤੀ ਮੇਰੇ ਨਾਲ ਜੁੜ ਚੁੱਕੀ ਹੈ ਮੈਨੂੰ ਕਹਿ ਰਹੀ ਹੈ ਵੀ ਉਹ ਲੜਕੇ ਜਾ ਕੇ ਥੱਪੜ ਮਾਰ ਕਹਿੰਦੇ ਮੈਂ ਆਖਿਆ ਚਲੋ ਠੀਕ ਆ ਜਿੱਦਾਂ ਕਹਿੰਦੀ ਮੈਂ ਤਾਂ ਉਦਾਂ ਹੀ ਕਰਨਾ ਹੈਗਾ ਕਹਿੰਦੇ ਮੈਂ ਜਾ ਕੇ ਹਨਾ ਜਿਹੜਾ ਲੜਕਾ ਲੈਂਡ ਦੇ ਪਿੱਛੇ ਲੱਗਾ ਸੀ ਕਹਿੰਦੇ ਮੈਂ ਉਹਨੂੰ ਕਾਲਰੋਂ ਫੜ ਕੇ ਬਾਹਰ ਕਹਿੰਦੇ ਉਹਨੇ ਕਿਹਾ ਵੀ ਤੂੰ ਲੈਂਡ ਦੇ ਕਿਵੇਂ ਪਿਛੇ ਆ ਕੇ ਲੱਗ ਗਿਆ ਕਹਿੰਦੇ ਜਾ ਕੇ ਮੈਂ ਉਹਦੇ ਇੱਕ ਦੋ ਥੱਪੜ ਮਾਰ ਦਿੱਤੇ ਜਿਆ ਥੱਪੜ ਮਾਰਦੇ ਕਹਿੰਦੇ ਉੱਥੇ ਰੌਲਾ ਪੈ ਗਿਆ ਜਿਆ ਰੌਲਾ ਪੈ ਗਿਆ ਕਹਿੰਦੇ ਉਹ ਜਿਹੜਾ ਲੜਕਾ ਸੀਗਾ ਉਹ ਕਹਿਣ ਲੱਗਾ ਕਿ ਤੂੰ ਤੱਗੇ ਲੰਗਾ ਤੈਨੂੰ ਕੀ ਦਿੱਕਤ ਹੈ ਮੈਂ ਤਾਂ ਤੇਰੇ ਪਿੱਛੇ ਕਾਫੀ ਪਿੱਛੇ ਲੈਂਡ ਦੇ ਲੱਗਾ ਸੀ ਤੂੰ ਮੋਰੇ ਆ ਕੇ ਪਿੱਛੇ ਮੇਰੇ 'ਤੇ ਕਾਤੇ ਆ ਇਨੇ ਮੈਨੂੰ ਕੰਮ ਇਹਨੂੰ ਨਹੀਂ ਪਤਾ ਬਸ ਤੂੰ ਲੈਣ ਜੋ ਬਾਹਰ ਹੋ ਕਹਿੰਦੇ ਕਹਣਦੇ ਡੇਰ ਜਮਾ ਇੱਕ ਦੋ ਹੋਰ ਉਹਦੇ ਜੜੇ ਤੇ ਕਹਿੰਦੇ ਉਹ ਸੱਜਣ ਜਿਹੜੇ ਸੀਗੇ ਜਿਹੜੇ ਕਹਿੰਦੇ ਵੀ ਥੱਪੜ ਜਿਹਨਾਂ ਦੇ ਮੈਂ ਮਾਰਿਆ ਸੀਗਾ ਕਹਿੰਦੇ ਉਹ ਵਿਅਕਤੀ ਮੈਨੂੰ ਕਹਿਣ ਲੱਗਾ ਤੂੰ ਮੈਨੂੰ ਜਾਣਦਾ ਮੈਂ ਕੌਣ ਕਹਿੰਦੇ ਮੈਨੂੰ ਪੁੱਛਾ ਤੂੰ ਕੌਣ ਆ ਕਹਿੰਦੇ ਉਹ ਕਹਿਣ ਲੱਗਾ ਮੈਂ ਇਸ ਇਲਾਕੇ ਦਾ ਮੇਨ ਬਦਮਾਸ਼ ਹੈਗਾ ਮੈਂ ਤੋ ਲੋਕੀ ਥਾਰ-ਥਾਰ ਕੰਮ ਦਿਆ ਕੋਈ ਨਹੀਂ ਮੈਨੂੰ ਦੱਸੂਗਾ ਕਿ ਮੈਂ ਕੌਣ ਆ ਯਾ ਦਿਨੀ ਗੱਲ ਹੋਈ ਤੇ ਇਹ ਸੱਜਣ ਕਹਿਣ ਲੱਗੇ ਕਿ ਮੈਂ ਉਹਨੂੰ ਕਿਹਾ ਵੀ ਤੂੰ ਜੋ ਕਰਨਾ ਕਰ ਲੈ ਬਸ ਤੂੰ ਹੁਣ ਲੈਨ ਦੇ ਵਿੱਚ ਨਹੀਂ ਲੱਗਣਾ ਬਾਹਰ ਚੱਲ ਇਸ ਲੈਨ ਚ ਕਹਿੰਦੇ ਸੱਜਣ ਜਿਹੜਾ ਸੀ ਲੈਨ ਚ ਬਾਹਰ ਹੋ ਗਿਆ ਇਹ ਕਹਿਣ ਲੱਗੇ ਕੋ ਉਸ ਤੋਂ ਬਾਅਦ ਜਦੋਂ ਮੈਂ ਫੇਰ ਹਫ਼ਤੇ ਬਾਅਦ ਆਇਆ ਸਰੜੀ ਬਾਬਾ ਜੀ ਦੇ ਪਾਸ ਜਦ ਪੂਜਾ ਕਰਨ ਵਾਸਤੇ ਮੱਥਾ ਟੇਕਣ ਵਾਸਤੇ ਆਇਆ ਸੀ ਫੇ ਕਹਿੰਦੇ ਉੱਥੇ ਜਿਹੜਾ ਲੋਕਾਂ ਨੇ ਇਸ ਬਦਮਾਸ਼ ਨੂੰ ਕਹਿੰਦੇ ਦੇਖਿਆ ਸਗਾ ਤੇ ਉਹਨਾਂ ਨੇ ਕਹਿੰਦੇ ਮੈਨੂੰ ਦੱਸਿਆ ਸਗਾ ਕਿ ਇਹ ਜਿਹੜਾ ਲੜਕਾ ਹੈ ਜਿਹਦੇ ਤੁਸੀਂ ਥੱਪੜ ਮਾਰੇ ਸੀ ਪਿਛਲੇ ਹਫ਼ਤੇ ਇਹ ਲੜਕਾ ਜਿਹੜਾ ਸਗਾ ਇਸ ਇਲਾਕੇ ਦਾ ਆਪਣੇ ਆਪ ਨੂੰ ਬੜਾ ਬਦਮਾਸ਼ ਕਹੋਂਦਾ ਸੀ ਹਰੇਕ ਦੇ ਨਾਲ ਪੰਗਾ ਲੈ ਲੈਂਦਾ ਸੀ ਪਰ ਕਹਿੰਦੇ ਪਤਨੀ ਤੇਰੇ ਥੱਪੜਾਂ ਵਿੱਚ ਐਸੀ ਕਿਹੜੀ ਕਰਾਮਾਤ ਛੁਪੀ ਆ ਕਿ ਉਹ ਜਿਹੜਾ ਲੜਕਾ ਸੀਗਾ ਨਾ ਮੁੜ ਕੇ ਕਹਿੰਦੇ ਬਦਮਾਸ਼ੀ ਛੱਡ ਗਿਆ ਸਿੱਧਾ ਹੋ ਗਿਆ ਤੇ ਹੁਣ ਕਹਿੰਦੇ ਵੀ ਲੱਗਦਾ ਹੈਗਾ ਵੀ ਹੁਣ ਨੇਕ ਕੰਮ ਹੀ ਕਰਦਾ ਹੈਗਾ ਜਦ ਇੰਨੀ ਗੱਲ ਹੋਈ ਤੇ ਸੱਜਣ ਕਹਿਣ ਲੱਗੇ ਮੈਂ ਸੁਣ ਕੇ ਬੜਾ ਹਰਾਮਨ ਹੋ ਗਿਆ ਕਿ ਇਹ ਇਸ ਅਦ੍ਰਿਸ਼ ਸ਼ਕਤੀ ਨੇ ਮੈਨੂੰ ਐਵੇਂ ਨਹੀਂ ਕਹਿਤਾ ਕਿ ਉਹਦੇ ਜੱਗ ਥੱਪੜ ਮਾਰੇ ਜ਼ਰੂਰ ਕੋਈ ਨਾ ਕੋਈ ਗੱਲ ਆ ਕਿਉਂ ਕਿ ਕਿਉਂਕਿ ਇਹ ਐਸੀ ਇੱਕ એનર્ਜੀ ਇੱਕ ਸ਼ਕਤੀ ਮਨ ਨਾਲ ਜੁੜ ਗਈ ਸੀਗੀ ਕਿ ਮੈਂ ਕਹਿ ਸਕਾ ਕਿ ਮੈਂ ਸਭ ਦਾ ਭਲਾ ਕਰਨਾ ਬਸ ਕਹਿੰਦੇ ਵੀ ਇਹ ਜਿਹੜੀ ਸ਼ਕਤੀ ਸੀ ਹੈ ਨਾ ਇਹ ਮੇਰੇ ਥਰੂ ਜਿਹੜੇ ਸੀਗੇ ਕਹਿੰਦੇ ਇਹ ਦੂਸਰਿਆਂ ਦੇ ਕਹਿੰਦੇ ਭਲੇ ਕਰਦੀ ਸੀਗੇ ਇਸ ਗੱਲ ਦਾ ਕਿੰਨੇ ਫਿਰ ਜਿਹੜਾ ਸੀ ਮੈਨੂੰ ਪੱਕਾ ਯਕੀਨ ਜਿਹੜਾ ਹੋ ਗਿਆ ਸੀਗਾ ਇਸ ਤਰ੍ਹਾਂ ਇੱਕ ਨਹੀਂ ਹੋਰ ਵੀ ਇਹਨਾਂ ਸੱਜਣਾਂ ਦੀਆਂ ਅਨੇਕਾਂ ਐਸੀਆਂ ਘਟਨਾਵਾਂ ਹੈਗੀਆਂ ਜਿਹੜੀਆਂ ਘਟਨਾਵਾਂ ਜਿਹੜੀਆਂ ਇਹਨਾਂ ਨੇ ਸਾਂਝੀਆਂ ਕੀਤੀਆਂ ਸੋ ਕਹਿਣ ਤੋਂ ਭਾਵੇਂ ਆ ਕਿ ਇਹਨਾਂ ਦੀਆਂ ਹੋਰ ਵੀ ਜਿਹੜੀਆਂ ਘਟਨਾਵਾਂ ਹੈਗੀਆਂ ਜਦ ਵੀ ਦਾਸ ਨੂੰ ਕਿਤੇ ਮੌਕਾ ਮਿਲੂਗਾ ਦਾਸ ਆਪ ਸੰਗਤਾਂ ਨਾਲ ਸਾਂਝਾ ਕਰੂਗਾ ਫਿਰ ਹਾਲ ਦਾਸ ਇੰਨੇ ਹੀ ਇਹਨਾਂ ਘਟਨਾਵਾਂ ਦੀਆਂ ਜੋ ਗੱਲਾਂ ਬਾਤਾਂ ਹੈ ਦਾਸ ਆਪ ਸੰਗਤਾਂ ਨਾਲ ਸਾਂਝਾ ਕਰਦਾ ਹੋਇਆ ਹੁਣ ਖੀਮਾ ਦਾ ਜਾਚਕ ਵਾਜੀ ਹੋਈਆਂ ਬਿਆੰਤ ਭੁੱਲਾ ਚੁੱਕਾ ਦੀ ਖੀਮਾ ਬਖਸ਼ਨੀ ਸੁਫਤੇ ਬਲਾਉ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ